ਸਾਰੇ ਭਗਤਾਂ ਨੂੰ ਜੈ ਮਾਤਾ ਦੀ। ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਅੱਜ ਨਾਭਾ ਤੋਂ ਜਿਹੜੀ ਹੈ ਜੀ ਇੱਕ 42 ਯਾਤਰੀਆਂ ਦੀ ਬੱਸ ਜਿਹੜੀ ਹੈ ਸ਼ਰਧਾਲੂਆਂ ਦੀ ਉਹ ਰਵਾਨਾ ਹੋ ਰਹੀ ਹੈ। ਇਹ ਬੱਸ ਜਿਹੜੀ ਹੈ ਜੀ ਨਾਭਾ ਤੋਂ ਮਾਤਾ ਨੈਣਾ ਦੇਵੀ, ਜਵਾਲਾ ਜੀ, ਚਿੰਤਪੂਰਨੀ ਜਿਹੜੀ ਹੈ, ਉਸ ਤੋਂ ਬਾਅਦ ਜੀ ਅਨੰਦਪੁਰ ਸਾਹਿਬ ਜਾਏਗੀ। ਔਰ ਇਹਦੇ ਵਿੱਚ 42 ਸ਼ਰਧਾਲੂ ਨੇ ਜੀ ਟੋਟਲ, ਔਰ ਇਹਨਾਂ ਦਾ ਸਾਰਾ ਖਾਣ ਪੀਣ ਦਾ, ਰਹਿਣ ਦਾ, ਆਉਣ ਜਾਣ ਦਾ ਸਾਰਾ ਪ੍ਰਬੰਧ ਜਿਹੜਾ ਜੀ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ। ਸੰਗਤ ਬੜੀ ਖੁਸ਼ ਹੈ ਜੀ। ਇਸ ਤੋਂ ਪਹਿਲਾਂ ਖਾਟੂ ਸ਼ਾਮ ਜੀ ਸਾਲਾਸਰ ਸੰਗਤ ਹੋ ਕੇ ਆਈ ਹੈ, ਬਹੁਤ ਬਾਗੋ ਬਾਗ ਹੈ ਜੀ। ਅਤੇ ਅਗਲੀ ਬੱਸ ਜਿਹੜੀ ਹੈ ਜੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਤਿਆਰ ਹੈ ਜੀ। ਸੋ ਇੱਕ ਵੱਖਰਾ ਉਪਰਾਲਾ ਹੈ ਜੀ, ਕਿਉਂਕਿ ਉਹ ਲੋਕ ਜਿਹੜੇ ਕਦੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਕਦੇ ਦਰਸ਼ਨ ਲਈ ਜਾਵਾਂਗੇ, ਜਾਂ ਜਿਨ੍ਹਾਂ ਦਾ ਇਨਕਮ ਦਾ ਸੋਰਸ ਬਹੁਤ ਘੱਟ ਆ ਅਤੇ ਉਹਨਾਂ ਕੋਲ ਇੰਨੀ ਇਨਕਮ ਨਹੀਂ ਕਿ ਉਹ ਆਪਣੇ ਪਰਿਵਾਰ ਨੂੰ ਜਾਂ ਆਪਣੇ ਬਜ਼ੁਰਗਾਂ ਨੂੰ ਤੀਰਥ ਯਾਤਰਾ 'ਤੇ ਲਿਆ ਸਕਣ। ਉਹਨਾਂ ਲਈ ਇਹ ਬਹੁਤ ਕਾਰਗਰ ਸਾਬਤ ਹੋ ਰਹੀ ਹੈ ਜੀ। ਔਰ ਇਹ ਮੁੱਖ ਮੰਤਰੀ ਸਾਹਿਬ ਨੂੰ ਦੁਆਵਾਂ ਲੱਗ ਰਹੀਆਂ ਨੇ, ਸਾਰੇ ਭਗਤ ਜਿਹੜੇ ਆ ਦਰਸ਼ਨ ਕਰਨਗੇ ਅਲੱਗ ਅਲੱਗ ਧਾਰਮਿਕ ਸਥਾਨਾਂ 'ਤੇ, ਤੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੀ ਜੀ। ਇਹ ਇੱਕ ਰਾਤ ਤਾਂ ਅਨੰਦਪੁਰ ਸਾਹਿਬ ਰੁਕੇਗੀ ਜੀ ਗੁਰੂ ਘਰ, ਉਸ ਤੋਂ ਬਾਅਦ ਫਿਰ ਬਾਕੀ ਧਾਰਮਿਕ ਸਥਾਨਾਂ 'ਤੇ ਮੱਥਾ ਟੇਕ ਕੇ ਕੱਲ੍ਹ ਰਾਤ ਨੂੰ ਵਾਪਸ ਆ ਜਾਣਗੇ ਜੀ। ਕਿਹੜਾ ਕਿਹੜਾ ਸਮਾਨ ਇਹਨਾਂ ਨੂੰ ਦਿੱਤਾ ਗਿਆ ਜੀ? ਸਮਾਨ ਗਰਮ ਕੱਪੜੇ ਨੇ ਜੀ, ਤੁਸੀਂ ਦੇਖ ਰਹੇ ਹੋ ਜਿਹੜਾ ਇਹ ਕੰਬਲ ਹੈ ਉਹਦੇ ਵਿੱਚ ਚਾਦਰ, ਤੌਲੀਆ ਹੈ ਜੀ, ਸਾਬਣ, ਤੇਲ, ਸ਼ੈਂਪੂ ਸਾਰਾ ਕੁਛ ਹੈ ਜੀ, ਇੱਕ ਮਾਲਾ ਹੈ ਜੀ, ਠੀਕ ਹੈ ਜੀ। ਔਰ ਉਸ ਤੋਂ ਇਲਾਵਾ ਜਿਹੜਾ ਜੀ ਅਸੀਂ ਕੁਛ ਫਰੂਟ ਵੀ ਦਿੱਤੇ ਨੇ ਜੀ, ਕਿਨੂ ਦਿੱਤੇ ਨੇ, ਚਾਹ ਦਾ ਪ੍ਰਬੰਧ ਅਸੀਂ ਕੀਤਾ ਸਾਰਾ, ਅਤੇ ਬਿਸਕਿਟ ਵਗੈਰਾ ਸਾਰਾ ਕੁਛ ਪ੍ਰਬੰਧ ਜਿਹੜਾ ਜੀ ਇਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਜੀ। 42 ਸ਼ਰਧਾਲੂ ਨੇ ਜੀ ਚਿੰਤਪੁਰਨੀ ਸਾਹਿਬ ਜਾ ਰਹੀ ਹੈ, ਰਸਤੇ 'ਚ ਨੈਣਾ ਦੇਵੀ ਅਤੇ ਜਵਾਲਾ ਜੀ ਵੀ ਦਾ ਵੀ ਪੜਾਅ ਹੈਗਾ ਜੀ। ਸਰਕਾਰ ਵੱਲੋਂ ਇੱਕ ਚੰਗਾ ਉਪਰਾਲਾ ਹੈ ਅਤੇ ਜਿਹੜੇ ਦਰਸ਼ਨਾਂ ਤੋਂ ਰਹਿੰਦੇ ਸੀ ਜੀ ਉਹਨਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸਰਕਾਰ ਵੱਲੋਂ ਇਹ ਸਕੀਮ ਚਲਾਈ ਗਈ ਹੈਗੀ ਹੈ ਅਤੇ ਅਸੀਂ ਜਿਹੜੇ ਸਾਰੇ ਲੋਕ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਹਾਂ ਅਤੇ ਜਿਹੜੇ ਹਿੰਦੂ ਧਰਮ ਨੂੰ ਮੰਨਦੇ ਨੇ ਉਹ ਜਿਹੜੀਆਂ ਹੈਗੀਆਂ ਵੱਖ ਵੱਖ ਮੰਦਰਾਂ 'ਚ ਜਾਂਦੇ ਨੇ ਅਤੇ ਉਸ ਲੜੀ ਤਹਿਤ ਇਹ ਜਿਹੜੀ ਚਲਾਈ ਗਈ ਹੈ। ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਅਧੀਨ ਅੱਜ ਜਿਹੜੀ ਬੱਸ ਆ ਉਹ ਸ਼੍ਰੀ ਨੈਣਾ ਦੇਵੀ, ਚਿੰਤਪੁਰਨੀ, ਜਵਾਲਾ ਜੀ ਜਾ ਰਹੇ ਨੇ। ਇੱਕ ਸਰਕਾਰ ਦਾ ਬਹੁਤ ਵਧੀਆ ਉਪਰਾਲਾ। ਮੈਂ ਆਪਣੀ ਤਰਫੋਂ ਮੁੱਖ ਮੰਤਰੀ ਪੰਜਾਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਗੁਰਦੇਵ ਸਿੰਘ ਜੀ ਦੇਵਮਾਨ MLA ਨਾਭਾ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਜਿਹੜੇ ਬੰਦੇ, ਜਿਹੜੇ ਵਿਅਕਤੀ ਨਹੀਂ ਜਾ ਸਕਦੇ ਸੀ ਆਪਣੇ ਇਤਿਹਾਸਿਕ ਚੀਜ਼ਾਂ ਦੇਖਣ ਦੇ ਲਈ, ਉਹ ਅੱਜ ਇੱਥੋਂ ਜਾ ਰਹੇ ਨੇ ਔਰ ਇਹਨਾਂ ਨੇ ਸਾਰਾ ਇੱਕ ਇੰਤਜ਼ਾਮ ਵੀ ਕੀਤਾ ਹੋਇਆ ਔਰ ਕਿੱਟਾਂ ਵੀ ਵੰਡੀਆਂ ਨੇ, ਫਲ ਵੀ ਵੰਡੇ ਨੇ, ਚਾਹ ਦਾ ਵੀ ਅਰੇਂਜਮੈਂਟ ਸੀ, ਬਿਸਕੁਟਾਂ ਦਾ ਵੀ ਅਰੇਂਜਮੈਂਟ ਸੀ। ਬਹੁਤ ਬਹੁਤ ਉਪਰਾਲਾ, ਸਰਕਾਰ ਦਾ ਉਪਰਾਲਾ ਬਹੁਤ ਹੀ ਵਧੀਆ ਜੀ। ਜਿਹੜੀ ਇਹ ਯਾਤਰਾ ਚਲਾਈ ਹੈ ਜੀ ਬਿਨਾਂ ਭੇਦਭਾਵ ਤੋਂ,
ਗਰੀਬ ਅਮੀਰ ਨੂੰ ਬਿਨਾਂ ਦੇਖ ਕੇ ਸਾਰਿਆਂ ਨੂੰ ਲਿਜਾ ਰਹੇ ਨੇ, ਜਿਹੜਿਆਂ ਨੇ ਵਿਚਾਰਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਤੀਰਥ ਯਾਤਰਾ ਕਰ ਲਾਂਗੇ, ਕਦੇ ਦਰਸ਼ਨ ਵੀ ਨਹੀਂ ਕਰੇ ਸੀ, ਅੱਜ ਉਹਨਾਂ ਲੋਕਾਂ ਨੂੰ ਵੀ ਦਰਸ਼ਨ ਕਰਵਾ ਰਹੇ ਨੇ। ਇਹ ਸਰਕਾਰ ਬਹੁਤ ਵਧੀਆ ਜੀ, ਗਰੀਬਾਂ ਵਾਸਤੇ ਬਹੁਤ ਵਧੀਆ, ਸਾਰਿਆਂ ਨੂੰ ਦੇਖਦੀ ਆ, ਇੱਕ ਅੱਖ ਨਾਲ ਦੇਖਦੀ ਆ ਜੀ, ਕਿਸੇ ਦਾ ਕੋਈ ਵੀ ਫਰਕ ਨਹੀਂ। ਸਰਕਾਰ ਸਾਰਿਆਂ ਲਈ ਬਹੁਤ ਵਧੀਆ, ਅਸੀਂ ਤਾਂ ਐਂ ਕਹਿੰਦੇ ਵੀ ਅੱਗੇ ਵਾਸਤੇ ਵੀ ਇਹੀ ਸਰਕਾਰ ਆਵੇ। ਪਹਿਲੀ ਵਾਰ ਜਿੱਤੀ ਇਸੇ ਤਰ੍ਹਾਂ ਵੀ ਅਗਲੀ ਵਾਰ ਵੀ ਅਸੀਂ ਵੋਟ ਇਸ ਤਰ੍ਹਾਂ ਜਿੱਤੇ ਜੀ। ਅਸੀਂ ਅਨੰਦਪੁਰ ਸਾਹਿਬ ਜੀ, ਨੈਣਾ ਦੇਵੀ, ਚਿੰਤਪੁਰਨੀ, ਜਵਾਲਾ ਜੀ, ਮਾਤਾ ਜੀ ਦੇ ਦਰਸ਼ਨ ਕਰਵਾ ਰਹੇ ਨੇ, ਅਤੇ ਪਹਿਲਾਂ ਵੀ ਇਹਨਾਂ ਨੇ ਖਾਟੂ ਸ਼ਾਮ ਜੀ ਅਤੇ ਸਰਲਾ ਸਰ ਦੇ ਦਰਸ਼ਨ ਕਰਾਏ ਨੇ, ਹੁਣ ਅਗਲੀ ਯਾਤਰਾ ਕਹਿੰਦੇ ਨੇ ਅੰਮ੍ਰਿਤਸਰ ਵੀ ਇਸੇ ਤਰ੍ਹਾਂ ਲੈ ਕੇ ਜਾਣਗੇ। ਅਸੀਂ ਕਹਿੰਦੇ ਵੀ ਇਸੇ ਤਰ੍ਹਾਂ ਯਾਤਰਾ ਚੱਲਦੀ ਰਹਿਣ ਅਤੇ ਸਾਡੀ ਇਹੀ ਸਰਕਾਰ ਆਉਂਦੀ ਰਹੇ। ਸਮਾਨ ਸਾਨੂੰ ਕੰਬਲ ਨੇ ਜੀ, ਨਾਮ ਜਪਣ ਨੂੰ ਮਾਲਾ ਵੀ ਦਿੱਤੀਆਂ ਨੇ ਜੀ, ਵੀ ਭਗਤੀ ਭਾਵਨਾ ਵੀ ਦੇਖੋ ਬਾਈ, ਵੀ ਭਗਤੀ ਦਾ ਵੀ ਨਾਮ ਲੈਣ ਲੋਕ ਜੀ, ਅਤੇ ਹੋਰ ਬੁਰਸ਼ ਪੇਸਟ ਜੀ, ਸਾਰਾ ਸਮਾਨ ਵੀ ਕੋਈ ਵੀ ਦਿੱਕਤ ਨਾ ਆਵੇ, ਸਾਰਾ ਸਮਾਨ ਨਾਲ ਦਿੱਤਾ ਜੀ, ਅਤੇ ਡਾਕਟਰ ਸਾਹਿਬ ਦੀ ਟੀਮ ਵੀ ਨਾਲ ਜਾ ਰਹੀ ਹੈ ਜੀ, ਵੀ ਕਿਸੇ ਨੂੰ ਦਿੱਕਤ ਆਵੇ, ਕਿ ਸਿਹਤ ਪੱਖੋਂ ਖਰਾਬ ਹੋਵੇ ਤਾਂ ਉਹਦਾ ਵੀ ਨਾਲ ਦੀ ਨਾਲ ਇੰਤਜ਼ਾਮ ਹੋਵੇ। ਆਮ ਆਦਮੀ ਪਾਰਟੀ ਦਾ ਜੋ ਵੀ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ, ਕਿ ਸਾਨੂੰ ਜੋ ਫੀਮੇਲਸ ਨੂੰ ਹੁਣ ਜੋ ਦਿੱਤਾ ਹੈ ਇਹ ਘੁੰਮਣ ਦਾ ਤੀਰਥ ਯਾਤਰਾ ਦਾ, ਤਾਂ ਇਹ ਫੀਮੇਲਸ ਦੇ ਇਹ ਕਿ ਨਿਕਲ ਨਹੀਂ ਪਾਉਂਦੀਆਂ, ਤਾਂ ਇਸ ਜ਼ਰੀਏ ਹੁਣ ਫੀਮੇਲਸ ਨੂੰ ਬਹੁਤ ਵਧੀਆ ਮੌਕਾ ਮਿਲਿਆ, ਅਤੇ ਸਰਕਾਰ ਦਾ ਜੋ ਇਹ ਕੰਮ ਹੈ ਬਹੁਤ ਹੀ ਵਧੀਆ। ਇਹਨਾਂ ਨੇ ਸਾਨੂੰ ਇਹਦੇ ਵਿੱਚ ਬਲੈਂਕਿਟ ਹੈ ਐਂਡ ਸਾਡੀ ਯੂਜ਼ੇਬਲ ਕਿੱਟ ਹੈ ਜਿਹਦੇ ਵਿੱਚ ਸਾਰਾ ਸਮਾਨ ਹੈ, ਐਂਡ ਪੀਲੋ ਵਗੈਰਾ ਸਾਨੂੰ ਸਾਰੇ ਕੁਝ ਅਵੇਲੇਬਲ ਕਰਵਾਏ ਉਹਨਾਂ, ਕਿ ਇੱਦਾਂ ਦਾ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਜੋ ਸਾਨੂੰ ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਮਿਲਿਆ। ਸਰ ਇਹ ਬਹੁਤ ਸੋਹਣੀ ਚਲਾਈ ਹੈ ਜੀ ਸਾਰਿਆਂ ਵਾਸਤੇ, ਗਰੀਬਾਂ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਚੀਜ਼ ਚਲਾਈ ਹੈ, ਕਿ ਜਿਹੜਾ ਬੰਦਾ ਕੋਈ ਵੀ ਨਹੀਂ ਜਾ ਸਕਦਾ, ਵੱਡਾ ਬੰਦਾ ਕੋਈ ਵੀ ਨਹੀਂ ਜਾ ਸਕਦਾ ਜੀ, ਉਹਨਾਂ ਵਾਸਤੇ ਵੀ, ਹੋਰਾਂ ਵਾਸਤੇ ਵੀ, ਜੋ ਵੀ ਧਾਰਮਿਕ ਯਾਤਰਾ 'ਤੇ ਜਾਣਾ ਚਾਹੁੰਦਾ, ਕਿ ਉਹਨਾਂ ਵਾਸਤੇ ਉਹਨਾਂ ਨੇ ਦੇਵ ਮਾਨ ਜੀ ਨੇ ਬਹੁਤ ਸੋਹਣੀ ਇਹ ਯਾਤਰਾ ਚਲਾਈ।